ਲੁਧਿਆਣੇ ਦੀ ਗੱਲ ਕਰੀਏ, ਇੱਕ ਬੱਸ ਖਾਸ ਕਰਕੇ ਤਿਆਰ ਕੀਤੀ ਗਈ ਹੈ, ਲਗਜ਼ਰੀ ਬੱਸ ਹੈ ਇਹ। ਉੱਤੇ ਜਿਹੜਾ ਕਿ ਜੈ ਸ਼੍ਰੀ ਰਾਮ ਹੈ ਜਿਹੜਾ ਲਿਖਿਆ ਗਿਆ, ਖਾਸ ਕਰਕੇ ਬੱਸ ਹੈ ਜਿਹੜੀ ਇਹ ਸਜਾਈ ਗਈ ਹੈ ਲੁਧਿਆਣਾ ਦੇ ਸਰਾਭਾ ਨਗਰ ਦੇ ਵਿੱਚ। ਬੱਸ ਹੈ ਜਿਹੜੀ ਇਹ ਇੱਥੇ ਲਿਆਂਦੀ ਗਈ ਹੈ, ਕੀ ਮਕਸਦ ਕੀ ਹੈ? ਇਹਦਾ ਮਕਸਦ ਇਹ ਹੈ ਜੀ, ਅੱਜ ਜਿਹੜੇ ਭਗਵਾਨ ਰਾਮ ਹੈ ਉਹ 500 ਸਾਲ ਬਾਅਦ ਆਪਣੇ ਵਿਰਾਜਮਾਨ ਹੋਣ ਜਾ ਰਹੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਕਿਉਂਕਿ ਜਿਹੜੀਆਂ 500 ਸਾਲ 'ਚ ਪੀੜ੍ਹੀਆਂ ਆਈਆਂ ਉਹ ਤਾਂ ਇਹ ਦਿਨ ਦੇਖੇ ਬਿਨਾਂ ਹੀ ਚਲੇ ਗਈਆਂ, ਇਸ ਲਈ ਸਾਨੂੰ ਇਹਦੀ ਬੜੀ ਖੁਸ਼ੀ ਹੈ। ਉਸ ਖੁਸ਼ੀ ਦੇ ਵਿੱਚ ਅਸੀਂ ਇੱਥੋਂ ਇਹ ਯੋਧਿਆਂ ਦੀ ਸੇਵਾ ਸਾਰੀਆਂ ਸਾਡੀਆਂ ਫੈਮਲੀਆਂ ਨਾਲ ਜਾਂ ਯਾਰ ਦੋਸਤ ਸਾਰੇ ਅਸੀਂ ਉੱਥੇ ਦਰਸ਼ਨ ਕਰਨ ਜਾ ਰਹੇ ਹਾਂ। ਜਿਵੇਂ ਕੋਈ ਇਸ ਤੋਂ ਬਾਅਦ ਲੈ ਕੇ ਜਾਣਾ ਚਾਹੂਗਾ ਤਾਂ ਉਹਨੂੰ ਫ੍ਰੀ ਆਫ ਸੇਵਾ ਅਸੀਂ ਇਹ ਦੇਵਾਂਗੇ, ਅਗਰ ਉਹ ਦਰਸ਼ਨ ਕਰਨ ਜਾਣਾ ਚਾਹੁੰਦਾ। ਇਹ ਲਗਜ਼ਰੀ ਬੱਸ ਹੈ ਇਹ ਖਾਸ ਕਰਕੇ ਇਸ ਲਈ ਤਿਆਰ ਕਰਾਈ ਗਈ ਹੈ ਅਯੋਧਿਆ ਲਈ। ਤੁਸੀਂ ਕਿਹਾ ਕਿ ਆਪਣੀ ਫੈਮਲੀ ਅਤੇ ਆਪਣੇ ਫਰੈਂਡ ਸਰਕਲ ਨੂੰ ਤੁਸੀਂ ਅਯੋਧਿਆ ਲੈ ਕੇ ਜਾ ਰਹੇ ਹੋ, ਕਦੋਂ ਕਦੋਂ ਨਿਕਲ ਰਹੇ ਹੋ ਅੱਜ? ਨਹੀਂ, 2 ਦਿਨ ਅਸੀਂ ਇਹਨੂੰ ਆਪਣੀ ਜਿੰਨੀਆਂ ਕਲੋਨੀਆਂ GK ਗਰੁੱਪ ਦੀਆਂ ਅਸੀਂ ਬਣਾਈਆਂ ਨੇ ਉਹਨਾਂ ਦੇ ਵਿੱਚ ਅਕਸ਼ਤ ਵਿਤਰਨ ਕੀਤਾ ਜਾਊਗਾ, ਅਯੋਧਿਆ ਜੀ ਤੋਂ ਪ੍ਰਸ਼ਾਦ ਮੰਗਾਇਆ, ਪ੍ਰਸ਼ਾਦ ਵੰਡਿਆ ਜਾਊਗਾ, ਫਿਰ 2 ਦਿਨ ਤੋਂ ਬਾਅਦ ਅਸੀਂ ਇਹ ਜਿਹੜੀ ਹੈ ਯਾਤਰਾ ਸ਼ੁਰੂ ਕਰਾਂਗੇ। ਜਿਹੜੇ ਆਮ ਲੋਕ ਹੈ, ਪਬਲਿਕ ਹੈ, ਜੇ ਜਾਣਾ ਚਾਹੁੰਦੀ ਹੈ ਤੁਸੀਂ ਫ੍ਰੀ ਆਫ ਕੋਸਟ ਲੈ ਕੇ ਜਾਓਗੇ? ਨਹੀਂ, ਹਾਲੇ ਫਿਲਹਾਲ ਤਾਂ ਅਸੀਂ 10-15 ਦਿਨ ਜਿੰਨਾ ਚਿਰ ਸਾਡੀਆਂ ਫੈਮਲੀਜ਼ ਜਾਂ ਦੋਸਤ ਜਾ ਰਹੇ ਹੈ, ਉਸ ਤੋਂ ਬਾਅਦ ਅਗਰ ਕੋਈ ਜਾਣਾ ਚਾਹੇਗਾ ਤਾਂ ਅਸੀਂ ਫ੍ਰੀ ਆਫ ਕੋਸਟ ਨੂੰ ਮਤਲਬ ਆਪਣੀ ਬੱਸ ਦੇ ਦਾਂਗੇ, ਉਹ ਲੈ ਕੇ ਜਾ ਸਕਦੇ ਆ ਅਗਰ ਕਿਸੇ ਨੇ ਜਾਣਾ। ਜੋ ਕੁਛ ਦਿੱਤਾ ਉਸ ਪਰਮਾਤਮਾ ਦਾ ਹੈ ਨਾ, ਚਾਹੇ ਉਹ ਧਨ ਹੈ, ਦੌਲਤ ਹੈ, ਕੋਠੀ ਹੈ, ਸ਼ੋਹਰਤ ਹੈ, ਐਸ਼ ਹੈ, ਸ਼ੋਹਰਤ ਉਸ ਪਰਮਾਤਮਾ ਦੀ ਦਿੱਤੀ ਹੈ, ਅਸੀਂ ਕੌਣ ਹੁੰਦੇ ਹਾਂ ਜਿਹੜੇ ਆ? ਇਹੀ ਵਿਚਾਰ ਮੇਰੇ ਨੇ ਜੋ ਤੁਸੀਂ ਹੁਣੇ ਗੱਲ ਬੋਲੀ ਹੈ, ਇਹੀ ਭਗਵਾਨ ਹੈ, ਇਹੀ ਉਹਦਾ ਰੂਪ ਹੈ, ਇਹਨੂੰ ਹੀ ਆਪਾਂ ਭਗਵਾਨ ਰਾਮ ਕਹਿੰਦੇ ਹਾਂ। ਜਿਹੜੀ ਉਹਦੀ ਦੇਣ ਦੇ ਵਿੱਚ ਹੀ ਬੰਦਾ ਯਕੀਨ ਰੱਖਦਾ, ਉਹਨਾਂ ਦੇ ਸੰਸਕਾਰ ਅਪਣਾਉਂਦਾ, ਇਹ ਸਭ ਤੋਂ ਵੱਡੀ ਗੱਲ ਹੈ। ਇਹ ਇਸ ਤੋਂ ਉੱਤੇ ਤਾਂ ਦੁਨੀਆਂ 'ਚ ਕੁਛ ਹੈ ਹੀ ਨਹੀਂ ਹੈ। ਜਿਹੜਾ ਅੱਜ ਦੇ ਟਾਈਮ 'ਤੇ ਅੱਜ ਡੇਟ ਦੇ ਵਿੱਚ ਜੀ ਰਿਹਾ, ਉਹ ਕਹਿੰਦਾ ਮੈਂ ਅੱਜ ਸਵਰਗ ਪਾ ਲਿਆ ਅੱਜ ਇਸ ਦਿਨ ਨੂੰ ਦੇਖਣ ਲਈ। ਬਿਲਕੁਲ 16 ਨੇ ਸਹੀ ਗੱਲ, ਇਹੀ ਸਵਰਗ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਕੋਈ ਕਮੀ ਨਹੀਂ। ਪੇਂਟਰੀ ਵੀ ਹੈ ਪਿੱਛੇ। ਅੱਛਾ ਜੀ, ਕਿਸੇ ਨੇ ਰੈਸਟ ਕਰਨਾ ਤਾਂ ਉਹਦੇ ਲਈ ਰੈਸਟ ਲਈ ਵੀ ਜਗ੍ਹਾ ਹੈ। ਸਟਾਰਟਿੰਗ 'ਚ ਵੀ ਦੇਖਿਆ ਹੋਣਾ ਕਿ ਐਂਟਰੀ 'ਤੇ ਸਾਡਾ ਇੱਕ ਛੋਟਾ ਜਿਹਾ ਆਫਿਸ ਬਣਾਇਆ ਹੋਇਆ 5 ਬੰਦਿਆਂ ਦਾ ਬਹਿਣ ਵਾਸਤੇ, ਜਿਹਦੇ ਨਾਲ ਜਿੱਥੇ ਕਿ ਆਪਾਂ ਮੀਟਿੰਗਸ ਵਗੈਰਾ ਕਰਦੇ ਹਾਂ। ਉਸ ਤੋਂ ਬਾਅਦ ਜੇ ਤੁਸੀਂ ਜਿਵੇਂ ਅੱਗੇ ਆਏ ਹੋ, ਇਹ ਸਾਡਾ ਹੈਗਾ ਇੱਕ ਲਾਊਂਜ ਬਣਾਇਆ ਹੋਇਆ, ਪਰਸਨਲ ਲਾਊਂਜ ਫਾਦਰ ਸਾਹਿਬ ਦਾ, ਜਿਹਦੇ ਵਿੱਚ ਬੈਠ ਕੇ ਕੁਛ ਆਪਣੇ ਕਰੀਬੀ ਲੋਕ ਜਿਹੜੇ ਮੀਟਿੰਗ ਜਾਂ ਕੁਛ ਪਰਸਨਲ ਟਾਕਸ ਵਗੈਰਾ ਕਰਨੀਆਂ ਹੋਣ, ਅਤੇ ਉਹਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਇਹ ਕਾਨਫਰੰਸ ਰੂਮ ਵੀ ਬਣਾਇਆ ਹੈ। ਅਤੇ ਉਸ ਤੋਂ ਬਾਅਦ ਜੇ ਤੁਸੀਂ ਅੰਦਰ, ਮੈਨੂੰ ਲੱਗਦਾ ਸਰ ਅੱਜ ਕੋਈ ਵੀ ਤੁਹਾਨੂੰ ਹੋਰ ਕੋਈ ਚੀਜ਼ ਮਨ ਦੇ ਵਿੱਚ ਆ ਨਹੀਂ ਰਹੀ ਹੋਣੀ ਕਾਰੋਬਾਰ ਨੂੰ ਲੈ ਕੇ, ਸਿਰਫ ਅਤੇ ਸਿਰਫ ਸ਼੍ਰੀ ਰਾਮ ਜੀ ਤੁਹਾਡੇ ਮਾਇੰਡ ਦੇ ਵਿੱਚ ਮਨ ਦੇ ਵਿੱਚ ਘੁੰਮ ਰਹੇ ਹੋਣੀ। ਇੱਕ ਤੁਸੀਂ ਕਹਿ ਲਓ ਕਿ ਸਾਡੀ ਜ਼ਹਿਨ, ਸਾਡੇ ਦਿਮਾਗ, ਸਾਡੇ ਸਰੀਰ, ਸਾਡੀ ਆਤਮਾ ਸਿਰਫ ਇੱਕੋ ਹੀ ਚੀਜ਼ ਬੋਲ ਰਹੀ ਹੈ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਪੂਰੇ ਦੇਸ਼ ਭਰ ਦੇ ਵਿੱਚ ਅੱਜ ਜਿਹੜਾ ਜਸ਼ਨ ਹੈ ਮਨਾਇਆ ਜਾ ਰਿਹਾ, ਰਾਮ ਜੀ ਆਪਣੇ ਘਰ ਹੈ ਜਿਹੜਾ ਵਾਪਸ ਆਏ ਨੇ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਜੇ ਖਾਸ ਕਰਕੇ ਲੁਧਿਆਣੇ ਦੀ ਗੱਲ ਕਰੀਏ, ਇੱਕ ਬੱਸ ਖਾਸ ਕਰਕੇ ਤਿਆਰ ਕੀਤੀ ਗਈ ਹੈ, ਲਗਜ਼ਰੀ ਬੱਸ ਹੈ ਇਹ। ਇਹਦੇ ਵਿੱਚ ਕੀ ਖਾਸ ਗੱਲ ਹੈ, ਪੂਰਾ ਜਿਹੜੀ ਇਹ ਚੀਜ਼ ਹੈ ਦੱਸਾਂਗੇ, ਪਹਿਲੇ ਤਸਵੀਰਾਂ ਦਿਖਾਵਾਂਗੇ। ਦੇਖ ਸਕਦੇ ਹੋ ਕਿਵੇਂ ਜਿਹੜੇ ਹੈ ਉਹ ਉੱਤੇ ਜਿਹੜਾ ਕਿ ਜੈ ਸ਼੍ਰੀ ਰਾਮ ਹੈ ਜਿਹੜਾ ਲਿਖਿਆ ਗਿਆ, ਖਾਸ ਕਰਕੇ ਬੱਸ ਹੈ ਜਿਹੜੀ ਇਹ ਸਜਾਈ ਗਈ ਹੈ ਲੁਧਿਆਣਾ ਦੇ ਸਰਾਭਾ ਨਗਰ ਦੇ ਵਿੱਚ। ਇਹ ਬੱਸ ਖੜ੍ਹੀ ਕੀਤੀ ਗਈ ਹੈ, ਇਹ ਬੱਸ ਦੇ ਜਿਹੜੇ ਹੈ ਓਨਰ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਮਕਸਦ ਸੀਗਾ ਬੱਸ ਇੱਥੇ ਲੈ ਕੇ ਆਉਣ ਦਾ। ਲਗਜ਼ਰੀ ਬੱਸ ਹੈ, ਅੰਦਰ ਦੀਆਂ ਵੀ ਤਸਵੀਰਾਂ ਜਿਹੜੀਆਂ
ਬੱਸ ਦੀਆਂ ਦਿਖਾਵਾਂਗੇ। ਸ਼੍ਰੀ ਰਾਮ ਜੀ ਦੀ ਤਸਵੀਰ, ਕਿੰਨੀ ਖੂਬਸੂਰਤ ਤਸਵੀਰ ਹੈ ਜਿਹੜੀ ਉਹ ਇਸ ਬੱਸ 'ਤੇ ਜਿਹੜੀ ਆ ਲਗਾਈ ਗਈ ਹੈ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਾਮ ਜੀ ਦੀ ਤਸਵੀਰ ਹੈ ਜਿਹੜੀ ਹੈ ਕਿੱਡੀ ਖੂਬਸੂਰਤ ਹੈ, ਬੱਸ ਦੇ ਉੱਪਰ ਲਗਾਈ ਗਈ ਹੈ। ਜਿਹੜੇ ਬੱਸ ਦੇ ਓਨਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਲਗਜ਼ਰੀ ਬੱਸ ਹੈ ਜਿਹੜੀ ਆ ਉਹ ਇੱਥੇ ਜਿਹੜੀ ਹੈ ਉਹ ਲਿਆਂਦੀ ਗਈ ਹੈ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੈ ਸ਼੍ਰੀ ਰਾਮ ਹੈ ਜਿਹੜਾ ਇਸ ਬੱਸ ਦੇ ਉੱਤੇ ਲਿਖਿਆ ਗਿਆ, ਅਤੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ। ਸਰ, ਇਹ ਖਾਸ ਕਰਕੇ ਬੱਸ ਹੈ ਜਿਹੜੀ ਹੈ ਇਹ ਇੱਥੇ ਲਿਆਂਦੀ ਗਈ ਹੈ, ਕੀ ਮਕਸਦ ਕੀ ਹੈ? ਇਹਦਾ ਮਕਸਦ ਇਹ ਹੈ ਜੀ, ਅੱਜ ਜਿਹੜੇ ਭਗਵਾਨ ਰਾਮ ਹੈ ਉਹ 500 ਸਾਲ ਬਾਅਦ ਆਪਣੇ ਵਿਰਾਜਮਾਨ ਹੋਣ ਜਾ ਰਹੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਇਸ ਲਈ ਸਾਨੂੰ ਇਸ ਜਨਮ 'ਚ, ਸਾਡੇ ਜਨਮ 'ਚ ਹੋ ਰਿਹਾ, ਇਸ ਲਈ ਬੜੀ ਇਹਦੀ ਖੁਸ਼ੀ ਹੈ, ਕਿਉਂਕਿ ਜਿਹੜੀਆਂ 500 ਸਾਲ 'ਚ ਪੀੜ੍ਹੀਆਂ ਆਈਆਂ ਉਹ ਤਾਂ ਇਹ ਦਿਨ ਦੇਖੇ ਬਿਨਾਂ ਹੀ ਚਲੇ ਗਈਆਂ। ਇਸ ਲਈ ਸਾਨੂੰ ਇਹਦੀ ਬੜੀ ਖੁਸ਼ੀ ਹੈ। ਉਸ ਖੁਸ਼ੀ ਦੇ ਵਿੱਚ ਅਸੀਂ ਇੱਥੋਂ ਇਹ ਯੋਧਿਆਂ ਦੀ ਸੇਵਾ, ਸਾਰੀਆਂ ਸਾਡੀਆਂ ਫੈਮਲੀਆਂ ਨਾਲ ਜਾਂ ਯਾਰ ਦੋਸਤ ਸਾਰੇ ਅਸੀਂ ਉੱਥੇ ਦਰਸ਼ਨ ਕਰਨ ਜਾ ਰਹੇ ਹਾਂ, ਅਤੇ ਇਹਦੇ ਨਾਲ ਹੀ ਜਿਵੇਂ ਕੋਈ ਇਸ ਤੋਂ ਬਾਅਦ ਲੈ ਕੇ ਜਾਣਾ ਚਾਹੂਗਾ ਤਾਂ ਉਹਨੂੰ ਫ੍ਰੀ ਆਫ ਸੇਵਾ ਅਸੀਂ ਇਹ ਦੇਵਾਂਗੇ, ਅਗਰ ਉਹ ਦਰਸ਼ਨ ਕਰਨ ਜਾਣਾ ਚਾਹੁੰਦਾ। ਸਰ, ਮੈਂ ਪੁੱਛਣਾ ਚਾਹਾਂਗਾ ਕਿ ਇਹ ਲਗਜ਼ਰੀ ਬੱਸ ਹੈ ਇਹ, ਖਾਸ ਕਰਕੇ ਇਸ ਲਈ ਤਿਆਰ ਕਰਾਈ ਗਈ ਹੈ ਅਯੋਧਿਆ ਲਈ? ਨਹੀਂ, ਅਯੋਧਿਆ ਲਈ ਤਾਂ ਨਹੀਂ, ਮਤਲਬ ਲੇਕਿਨ ਅਸੀਂ ਤਿਆਰ ਆਪਣੀ ਕੰਪਨੀ ਦੇ ਆਪਣੇ ਕੰਮਾਂ ਦੇ ਲਈ ਕਰਾਈ ਸੀਗੀ, ਲੇਕਿਨ ਇਨ ਬਿਟਵੀਨ ਇਹ ਗੱਲ ਆ ਗਈ ਵਿੱਚ, ਤਾਂ ਇਸ ਲਈ ਫਿਰ ਇਹ ਵਿਚਾਰ ਆਇਆ ਵੀ ਕਿਉਂ ਨਾ ਇਹਦੀ ਜਿਹੜੀ ਹੈ ਯੂਟਿਲਿਟੀ ਜਿਹੜੀ ਅਸਲੀ ਕੰਮ ਦੇ ਲਈ ਲਿੱਤੀ ਜਾਵੇ, ਵੀ ਹੋ ਸਕਦਾ ਭਗਵਾਨ ਰਾਮ ਨੇ ਸਾਨੂੰ ਇਸੇ ਦਿਨ ਲਈ ਇਹ ਬੱਸ ਦਿੱਤੀ ਹੋਵੇ, ਕਿਉਂਕਿ ਉਹਦੀ ਲੀਲਾ ਸਾਨੂੰ ਤਾਂ ਹੁਣ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ। ਅਤੇ ਸਰ, ਤੁਸੀਂ ਕਿਹਾ ਕਿ ਆਪਣੀ ਫੈਮਿਲੀ ਅਤੇ ਆਪਣੇ ਫਰੈਂਡ ਸਰਕਲ ਨੂੰ ਤੁਸੀਂ ਅਯੋਧਿਆ ਲੈ ਕੇ ਜਾ ਰਹੇ ਹੋ, ਕਦੋਂ ਨਿਕਲ ਰਹੇ ਹੋ ਅੱਜ? ਨਹੀਂ, 2 ਦਿਨ ਅਸੀਂ ਇਹਨੂੰ ਆਪਣੀ ਜਿੰਨੀਆਂ ਕਲੋਨੀਆਂ GK ਗਰੁੱਪ ਦੀਆਂ ਅਸੀਂ ਬਣਾਈਆਂ ਨੇ ਉਹਨਾਂ ਦੇ ਵਿੱਚ ਅਕਸ਼ਤ ਵਿਤਰਨ ਕੀਤਾ ਜਾਊਗਾ, ਅਯੋਧਿਆ ਜੀ ਤੋਂ ਪ੍ਰਸ਼ਾਦ ਮੰਗਾਇਆ, ਪ੍ਰਸ਼ਾਦ ਵੰਡਿਆ ਜਾਊਗਾ, ਫਿਰ 2 ਦਿਨ ਤੋਂ ਬਾਅਦ ਅਸੀਂ ਇਹ ਜਿਹੜੀ ਹੈ ਯਾਤਰਾ ਸ਼ੁਰੂ ਕਰਾਂਗੇ। ਅਤੇ ਜਿਹੜੇ ਆਮ ਲੋਕ ਹੈ, ਪਬਲਿਕ ਹੈ, ਜੇ ਜਾਣਾ ਚਾਹੁੰਦੀ ਹੈ ਤੁਸੀਂ ਫ੍ਰੀ ਆਫ ਕੋਸਟ ਲੈ ਕੇ ਜਾਓਗੇ? ਨਹੀਂ, ਹਾਲੇ ਫਿਲਹਾਲ ਤਾਂ ਅਸੀਂ 10-15 ਦਿਨ ਜਿੰਨਾ ਚਿਰ ਸਾਡੀਆਂ ਫੈਮਿਲੀਜ਼ ਜਾਂ ਦੋਸਤ ਜਾ ਰਹੇ ਹੈ, ਉਸ ਤੋਂ ਬਾਅਦ ਅਗਰ ਕੋਈ ਜਾਣਾ ਚਾਹੇਗਾ ਤਾਂ ਅਸੀਂ ਫ੍ਰੀ ਆਫ ਕੋਸਟ ਉਹਨੂੰ ਮਤਲਬ ਆਪਣੀ ਬੱਸ ਦੇ ਦਾਂਗੇ, ਉਹ ਲੈ ਕੇ ਜਾ ਸਕਦੇ ਆ ਅਗਰ ਕਿਸੇ ਨੇ ਜਾਣਾ ਜੀ। ਅਤੇ ਜੇ ਗੱਲ ਕੀਤੀ ਜਾਵੇ ਤਾਂ ਲਗਜ਼ਰੀ ਬੱਸ ਹੈ ਜੀ, ਬੱਸ ਦੀ ਕੀਮਤ ਕਿੰਨੀ ਕੁ ਹੋਊਗੀ ਇਸ ਬੱਸ ਦੀ? ਇਹ ਤਾਂ ਭਗਵਾਨ ਰਾਮ ਦੀ ਦੇਣ ਹੈ ਜੀ, ਕੀਮਤ ਨੂੰ ਕੀ ਹੈ ਤਾਂ ਉਹਨਾਂ ਦੀ ਦੇਣ ਹੈ, ਛੱਡੋ ਪਰੇ। ਕਹਿੰਦੇ ਨਾ ਜੀ, ਜੋ ਕੁਛ ਦਿੱਤਾ ਉਸ ਪਰਮਾਤਮਾ ਦਾ ਹੈ ਨਾ, ਚਾਹੇ ਉਹ ਧਨ ਹੈ, ਦੌਲਤ ਹੈ, ਕੋਠੀ ਹੈ, ਸ਼ੋਹਰਤ ਹੈ, ਐਸ਼ ਹੈ, ਸ਼ੋਹਰਤ ਉਸ ਪਰਮਾਤਮਾ ਦਿੱਤੀ ਹੈ, ਅਸੀਂ ਕੌਣ ਹੁੰਦੇ ਹਾਂ ਜਿਹੜੇ ਹੈ? ਇਹੀ ਵਿਚਾਰ ਮੇਰੇ ਨੇ ਜੋ ਤੁਸੀਂ ਹੁਣੇ ਗੱਲ ਬੋਲੀ ਹੈ, ਇਹੀ ਭਗਵਾਨ ਹੈ, ਇਹੀ ਉਹਦਾ ਰੂਪ ਹੈ, ਇਹਨੂੰ ਹੀ ਆਪਾਂ ਭਗਵਾਨ ਰਾਮ ਕਹਿੰਦੇ ਹਾਂ, ਜਿਹੜੀ ਉਹਦੀ ਦੇਣ ਦੇ ਵਿੱਚ ਹੀ ਬੰਦਾ ਯਕੀਨ ਰੱਖਦਾ, ਉਹਨਾਂ ਦੇ ਸੰਸਕਾਰ ਅਪਣਾਉਂਦਾ, ਇਹ ਸਭ ਤੋਂ ਵੱਡੀ ਗੱਲ ਹੈ, ਇਹ ਇਸ ਤੋਂ ਉੱਤੇ ਤਾਂ ਦੁਨੀਆ 'ਚ ਕੁਛ ਹੈ ਹੀ ਨਹੀਂ ਹੈ। ਕਹਿੰਦੇ ਨਾ ਅੱਜ ਦਾ ਦਿਨ ਦਿਵਾਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ, ਲੋਕ ਜਸ਼ਨ ਮਨਾ ਰਹੇ ਆ, ਹਰ ਘਰ ਦੇ ਵਿੱਚ ਹਰ ਮੋੜ 'ਤੇ ਹਰ ਨੁੱਕਰ 'ਤੇ ਲੰਗਰ ਲੱਗੇ ਆ, ਲੋਕ ਜਸ਼ਨ ਮਨਾ ਰਹੇ ਆ। ਬਿਲਕੁਲ ਜੀ, ਅੱਜ ਦਿਵਾਲੀ ਤੋਂ ਵੱਡਾ ਤਿਉਹਾਰ ਆ ਇਹ, ਜਿਹੜੀ ਦਿਵਾਲੀ ਅਸੀਂ ਮਨਾਉਂਦੇ ਆ ਰਹੇ ਹਾਂ ਉਹ ਅਸੀਂ ਦੇਖੀ ਨਹੀਂ ਸੀ ਵੀ ਉਹ ਜਦੋਂ ਆਏ ਸੀ ਭਗਵਾਨ ਰਾਮ ਘਰ ਆਪਣੇ, ਲੇਕਿਨ ਹੁਣ ਜਿਹੜਾ ਅੱਜ ਅਸੀਂ ਤਾਂ ਅੱਜ ਦੇਖ ਰਹੇ ਹਾਂ ਵੀ ਉਹ ਵਿਰਾਜਮਾਨ ਹੋ ਰਹੇ ਆਪਣੇ ਉਸ ਸਥਾਨ 'ਤੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ, ਅਤੇ ਇਸ ਤੋਂ ਵੱਡਾ ਤਿਉਹਾਰ ਤਾਂ ਕੋਈ ਹੋ ਹੀ ਨਹੀਂ ਸਕਦਾ। ਕਹਿੰਦੇ ਨਾ ਕਿ ਅੱਜ ਕਈ ਲੋਕ ਮਿਲੇ ਰਸਤਿਆਂ ਦੇ ਵਿੱਚ, ਉਹ ਕਹਿੰਦੇ ਅੱਜ ਦਾ ਜੀਵਨ ਆ ਜਿਹੜਾ ਜਿਹੜਾ ਅੱਜ ਦੇ ਟਾਈਮ 'ਤੇ ਅੱਜ ਡੇਟ ਦੇ ਵਿੱਚ ਜੀ ਰਿਹਾ, ਉਹ ਕਹਿੰਦਾ ਮੈਂ ਅੱਜ ਸਵਰਗ ਪਾ ਲਿਆ ਅੱਜ ਇਸ ਦਿਨ ਨੂੰ ਦੇਖਣ ਲਈ। ਬਿਲਕੁਲ, 16 ਆਨੇ ਸਹੀ ਗੱਲ ਹੈ, ਇਹੀ ਸਵਰਗ ਹੈ, ਜਦੋਂ ਹੁਣ ਭਗਵਾਨ ਰਾਮ ਆਪਣੇ ਵਿਰਾਜਮਾਨ ਹੋਣਗੇ ਇਸ ਤੋਂ ਖੁਸ਼ੀ ਦੀ ਗੱਲ ਹੋ ਹੀ ਨਹੀਂ ਸਕਦੀ ਕੋਈ। ਬਿਲਕੁਲ, ਅੰਦਰ ਬੱਸ ਦੀਆਂ ਤਸਵੀਰਾਂ ਦਿਖਾਓਗੇ ਕਿ ਅੰਦਰ ਬੱਸ ਦੇ ਕਿੱਦਾਂ ਦੀ ਬੱਸ ਹੈ, ਕਿਵੇਂ ਜਿਹੜੇ ਲੋਕ ਬੈਠ ਕੇ? ਬਿਲਕੁਲ, ਦੇਖ ਸਕਦੇ ਹੋ ਜੀ, ਬੱਸ ਅੰਦਰੋਂ ਜਿਹੜੀ ਹੈ ਉਹ ਦਿਖਾਈ ਜਾਊਗੀ, ਦੇਖ ਸਕਦੇ ਹੋ ਬੱਸ, ਲਗਜ਼ਰੀ ਬੱਸ ਹੈ ਇਹ,
ਦੇਖ ਸਕਦੇ ਹੋ ਕਿਵੇਂ ਇਹ ਬੱਸ ਜਿਹੜੀ ਹੈ ਖੁੱਲੂਗੀ, ਕਿਵੇਂ ਸਟੈਪ ਹੈ ਜਿਹੜੇ ਹੈ ਇਹਦੇ ਖੁੱਲਣਗੇ, ਕਿਵੇਂ ਲੋਕ ਇਹਦੇ ਉੱਪਰ ਚੜ੍ਹ ਸਕਣਗੇ। ਤੁਹਾਨੂੰ ਅੰਦਰੋਂ ਪੂਰੀ ਬੱਸ ਹੈ ਜਿਹੜੀ ਹੈ ਉਹ ਦਿਖਾਵਾਂਗੇ ਕਿ ਬੱਸ ਜਿਹੜੀ ਹੈ ਖੁੱਲ੍ਹਦੀ ਕਿੱਦਾਂ, ਅੰਦਰ ਕਿੰਨੇ ਕੁ ਲੋਕਾਂ ਦੀ ਸੀਟਿੰਗ ਹੈ, ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਅੰਦਰ ਅਵੇਲੇਬਲ ਹੈ। ਦੇਖ ਸਕਦੇ ਹੋ ਸੀਟਿੰਗ ਖੁੱਲ੍ਹ ਚੁੱਕੀ, ਅੰਦਰ ਬੱਸ ਦੇ ਚੱਲਾਂਗੇ, ਪੂਰੀ ਚੀਜ਼ ਹੈ ਜਿਹੜੀ ਹੈ ਉਹ ਦਿਖਾਵਾਂਗੇ। ਇਹ ਲਗਜ਼ਰੀ ਬੱਸ ਜਿਹੜੀ ਆ ਦੇਖ ਸਕਦੇ ਹੋ ਤੁਸੀਂ, LED ਲੱਗੀ ਹੈ, ਸੀਟਾਂ ਕਿੰਨੀਆਂ ਸ਼ਾਨਦਾਰ ਹੈ, ਅੰਦਰ ਜਿਹੜਾ ਕੀ ਹੈ ਮੋਬਾਈਲ ਜਿਹੜੇ ਰੱਖੇ ਗਏ ਆ, ਵੋਕੀ ਟੋਕੀ ਵੀ ਰੱਖੇ ਗਿਆ ਵਾਇਰਲੈਸ, ਕਿ ਜੇ ਕੋਈ ਗੱਲਬਾਤ ਕਰਨੀ ਹੈ ਕਿਸੇ ਦੇ ਨਾਲ। ਅੰਦਰ ਟੇਬਲ ਲੱਗੇ ਆ, ਲਗਜ਼ਰੀ ਬੱਸ ਹੈ ਜਿਹੜੀ ਹੈ ਉਹ ਲਿਜਾਈ ਜਾਊਗੀ ਰਾਮ ਜੀ ਦੀ ਨਗਰੀ ਅਯੋਧਿਆ ਦੇ ਵਿੱਚ, ਬੱਸ ਨੂੰ ਲਿਜਾਇਆ ਜਾਊਗਾ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਸੋਹਣੀ ਬੱਸ ਹੈ, ਲਗਜ਼ਰੀ ਬੱਸ, ਰਾਮ ਜੀ ਦੀ ਕਿਰਪਾ, ਰਾਮ ਜੀ ਦੀ ਕਿਰਪਾ ਹੋਣ ਦੇ ਨਾਲ ਪਹਿਲਾਂ ਆਪਣੀਆਂ ਫੈਮਲੀਆਂ ਨੂੰ ਲਿਜਾਣਗੇ, ਅਤੇ ਉਸ ਤੋਂ ਬਾਅਦ ਜੇ ਕਿਸੇ ਨੇ ਅਯੋਧਿਆ ਰਾਮ ਜੀ ਦੇ ਦਰਸ਼ਨ ਕਰਨੇ ਆ ਤਾਂ ਉਹਨਾਂ ਨੂੰ ਜਿਹੜਾ ਕੀ ਆ ਬੱਸ ਦੇ ਦਿੱਤੀ ਜਾਊਗੀ। ਕਹਿੰਦੇ ਨਾ ਕਿ ਕਹਿਣਾ ਬੜਾ ਵੱਡਾ ਜਿਗਰਾ ਹੁੰਦਾ, ਆਪਣੀ ਬੱਸ ਦੇਣੀ ਸੇਵਾ, ਬੜੀ ਵੱਡੀ ਸੇਵਾ ਜਿਹੜੀ ਹੈ ਇਹਨਾਂ ਵੱਲੋਂ ਨਿਭਾਈ ਜਾ ਰਹੀ ਆ। ਸੀਟਾਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸੀਟਾਂ, ਅੰਦਰ ਜਿਹੜਾ ਫਰਨੀਚਰ ਹੈ ਕਿੱਡਾ ਵਧੀਆ ਲੱਗਿਆ, ਫਰਿੱਜ ਲੱਗਿਆ ਹੋਇਆ ਨਾਲ, ਜਿਹੜਾ ਕਿ ਹੋਰ ਕਾਫੀ ਜਿਹੜੀਆਂ ਚੀਜ਼ਾਂ। ਸਰ ਇਹ ਕਿਹੜੀਆਂ ਕੀ ਚੀਜ਼ਾਂ ਰੱਖੀਆਂ ਹੋਈਆਂ? ਚੀਜ਼ਾਂ ਰੱਖਣ ਲਈ ਫਰਿੱਜ ਹੈਗਾ, ਫਰਿੱਜ ਦੇ ਵਿੱਚ ਸਾਰਾ ਕਿਤੇ ਪਾਣੀ ਪੀਣ ਲਈ, ਖਾਣ ਲਈ ਕੋਈ ਚੀਜ਼, ਬੱਚੇ ਹੋਣਗੇ ਨਾਲ ਉਹਨਾਂ ਲਈ ਸਾਰੀ ਚੀਜ਼ ਬੰਦਾ ਇੱਥੇ ਰੱਖ ਸਕਦਾ ਆਰਾਮ ਦੇ ਨਾਲ। ਸਾਰੇ ਪਿੱਛੇ ਕਿਸੇ ਚੀਜ਼ ਦੀ ਕਮੀ ਨਹੀਂ, ਕੋਈ ਕਮੀ ਨਹੀਂ, ਪੇਂਟਰੀ ਵੀ ਹੈ ਪਿੱਛੇ। ਅੱਛਾ ਜੀ, ਕਿਸੇ ਨੇ ਰੈਸਟ ਕਰਨਾ ਤਾਂ ਉਹਦੇ ਲਈ ਰੈਸਟ ਲਈ ਵੀ ਜਗ੍ਹਾ ਹੈਗੀ ਜੀ। ਇਹ ਸਰ ਕਿਹੜੀਆਂ ਕਿਹੜੀਆਂ ਚੀਜ਼ਾਂ ਅਵੇਲੇਬਲ ਹੈ ਇਹਦੇ ਵਿੱਚ? ਪਹਿਲੇ ਤਾਂ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਦੇਖਿਆ ਹੋਣਾ ਕਿ ਐਂਟਰੀ 'ਤੇ ਸਾਡਾ ਇੱਕ ਛੋਟਾ ਜਿਹਾ ਆਫਿਸ ਬਣਾਇਆ ਹੋਇਆ 5 ਬੰਦਿਆਂ ਦਾ ਬਹਿਣ ਵਾਸਤੇ, ਜਿਹਦੇ ਨਾਲ ਜਿੱਥੇ ਕਿ ਆਪਾਂ ਮੀਟਿੰਗਸ ਵਗੈਰਾ ਕਰਦੇ ਹਾਂ। ਉਸ ਤੋਂ ਬਾਅਦ ਜੇ ਤੁਸੀਂ ਜਿਵੇਂ ਅੱਗੇ ਆਏ ਹੋ, ਇਹ ਸਾਡਾ ਹੈਗਾ ਇੱਕ ਲਾਊਂਜ ਬਣਾਇਆ ਹੋਇਆ, ਪਰਸਨਲ ਲਾਊਂਜ ਫਾਦਰ ਸਾਹਿਬ ਦਾ, ਜਿਹਦੇ ਵਿੱਚ ਬੈਠ ਕੇ ਕੁਛ ਆਪਣੇ ਕਰੀਬੀ ਲੋਕ ਜਿਹੜੇ ਮੀਟਿੰਗ ਜਾਂ ਕੁਛ ਪਰਸਨਲ ਟਾਕਸ ਵਗੈਰਾ ਕਰਨੀਆਂ ਹਨ, ਅਤੇ ਉਹਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਇਹ ਕਾਨਫਰੰਸ ਰੂਮ ਵੀ ਬਣਾਇਆ ਹੈ। ਅਤੇ ਉਸ ਤੋਂ ਬਾਅਦ ਜੇ ਤੁਸੀਂ ਅੰਦਰ ਆਓ ਤਾਂ ਇੱਥੇ ਆਪਣਾ ਸੋਫਾ ਕਮ ਬੈਡਰੂਮ ਹੈ, ਜਿਵੇਂ ਲੌਂਗ ਜਰਨੀਜ਼ 'ਤੇ ਅੱਜ ਕੱਲ੍ਹ ਬਾਹਰਲੇ ਮੁਲਕਾਂ 'ਚ ਇਹਨੂੰ RV ਕਹਿੰਦੇ ਨੇ, ਅਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਕਿ RV ਬਣਾਉਂਦੇ ਨੇ ਲੋਕ, ਗੋਰੇ ਬਹੁਤ ਸ਼ੌਕੀਨ ਨੇ, ਅਤੇ ਵਾਈ ਨੋਟ, ਅਸੀਂ ਵੀ ਕਿਵੇਂ ਪਿੱਛੇ ਥੋੜ੍ਹਾ ਰਹਿ ਸਕਦੇ ਹਾਂ, ਭਾਰਤੀ ਵੀ ਬਹੁਤ ਅੱਗੇ ਲੰਘ ਚੁੱਕੇ ਨੇ ਹਰ ਗੱਲ ਦੇ ਵਿੱਚ। ਬਾਕੀ ਰਾਮ ਸ਼੍ਰੀ ਰਾਮ ਲਾਲਾ ਜੀ ਦੀ ਪੂਰੀ ਕਿਰਪਾ ਹੈ ਪਰਿਵਾਰ 'ਤੇ ਵੀ ਅਤੇ ਸਾਰਿਆਂ 'ਤੇ। ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇਹ ਲੌਂਗ ਜਰਨੀ ਵਾਸਤੇ ਸੋਫਾ ਕਮ ਬੈੱਡ ਹੈ, ਜੇ ਪਿੱਛੇ ਤੁਸੀਂ ਇਹਦੇ ਦੇਖੋ ਤਾਂ ਪਿੱਛੇ ਇੱਕ ਛੋਟੀ ਜਿਹੀ ਕਿਚਨ ਵੀ ਬਣਾਈ ਹੋਈ ਹੈ, ਅਸੀਂ ਪੈਂਟਰੀ ਬਣਾਈ ਹੋਈ ਹੈ, ਦੇਖ ਸਕਦੇ ਹੋ ਤੁਸੀਂ, ਇਹ ਪੈਂਟਰੀ ਬਣਾਈ ਗਈ ਹੈ, ਓਵਨ ਰੱਖਿਆ ਗਿਆ ਜੇ ਕੋਈ ਚੀਜ਼ ਗਰਮ ਕਰਨੀ ਹੈ, ਮਤਲਬ ਘਰ ਦੀਆਂ ਜਿਹੜੀਆਂ ਸਾਰੀਆਂ ਸੁਵਿਧਾਵਾਂ ਇਹਦੇ 'ਚ ਉਪਲਬਧ ਹੈ। ਜਿਹੜਾ ਕੀ ਹੈ ਸੋਫਾ ਰੱਖਿਆ ਗਿਆ ਜੇ ਕਿਸੇ ਨੇ ਰੈਸਟ ਕਰਨੀ ਹੈ, ਜੇ ਕਹਿੰਦਾ ਕਿ ਬੈਠਾ ਬੈਠਾ ਮੈਂ ਥੱਕ ਗਿਆ। ਬਿਲਕੁਲ ਜੀ, ਫਿਰ ਇਸ ਦੇ ਨਾਲ ਹੀ ਪਿੱਛੇ ਇੱਕ ਛੋਟਾ ਜਿਹਾ ਵਾਸ਼ਰੂਮ ਵੀ ਹੈ, ਟੋਇਲਟ ਵੀ ਹੈ, ਜਿਹਦੇ ਵਿੱਚ ਇੱਕ ਬੇਦਿੰਗ ਏਰੀਆ ਹੈਗਾ, ਅਤੇ ਨਾਲ ਆਪਣੀ ਜਿਹੜੀ ਸੁਵਿਧਾਵਾਂ ਨੇ ਸਾਰੀਆਂ ਪਿੱਛੇ ਇਸ RV ਦੇ ਵਿੱਚ ਮੁਹੱਈਆ ਕਰਾਈ ਗਈਆਂ ਨੇ। ਮੈਂ ਲੁਕਿੰਗ ਐਟ ਦੀ ਰਿਕੁਆਇਰਮੈਂਟ ਆਫ ਦਾ ਫੈਮਿਲੀ, ਪਰਿਵਾਰ ਦੀ ਜਿਹੜੀ ਰਿਕੁਆਇਰਮੈਂਟ ਹੈ, ਜਾਂ ਸਾਡੇ ਕੋਈ ਕਰੀਬੀ ਦੋਸਤ ਮਿੱਤਰਾਂ ਦੀ, ਜਿਵੇਂ ਕਿ ਪਰਸਨਲ, ਜਿਵੇਂ ਕਹਿ ਲਓ ਕਿ ਆਫਿਸ ਔਨ ਵੀਲਸ ਜਿਹਨੂੰ ਕਹਿੰਦੇ, ਆਪਾਂ ਤਿਆਰ ਕਰਾਇਆ। ਮਤਲਬ ਸਰ ਇਹਦਾ ਮਤਲਬ ਇਹ ਹੈ ਜਿੱਦਾਂ ਤੁਹਾਡੀ ਫੈਮਿਲੀ ਹੈ, ਫੈਮਿਲੀ ਦੇ ਵਿੱਚ 7-8 ਜਣੇ ਹੋ ਗਏ, ਉਹ ਇੱਕ ਕਾਰ 'ਚ ਤਾਂ ਆਉਣੇ ਨਹੀਂ। ਬਿਲਕੁਲ ਜੀ, ਜਿਵੇਂ ਜਿਵੇਂ ਪਰਿਵਾਰ ਵੱਡਾ ਹੋ ਰਿਹਾ, ਇੱਕ ਉਹ ਵੀ ਇੱਕ ਤੁਸੀਂ ਕਹਿ ਸਕਦੇ ਹੋ ਰਿਕੁਆਇਰਮੈਂਟ। ਸੈਕਿੰਡਲੀ, ਜਦੋਂ ਅਸੀਂ ਕੋਈ ਨਵਾਂ ਪ੍ਰੋਜੈਕਟ ਲਾਂਚ ਕਰਦੇ ਹਾਂ, ਜਿਵੇਂ ਸਾਡੀ ਕੰਪਨੀ GK ਗਰੁੱਪ ਕੋਈ ਵੀ ਨਵਾਂ ਪ੍ਰੋਜੈਕਟ ਤਿਆਰ ਕਰਦੇ ਹਾਂ, ਅਤੇ ਆਫਿਸ ਜਿਹੜਾ ਔਨ ਸਾਈਟ ਉਹ ਬਣਦੇ ਬਣਦੇ ਉਹਨੂੰ 6-7 ਮਹੀਨੇ ਲੱਗ ਜਾਂਦੇ ਨੇ, ਅਤੇ ਉੱਥੇ ਜਾਣਾ, ਇੰਨੀ ਠੰਡ ਧੁੱਪ ਦੇ ਵਿੱਚ ਬੈਠਣਾ ਔਰ ਲੋਕਾਂ ਨਾਲ ਡੀਲ ਕਰਨਾ, ਇੱਕ ਟਾਸਕ ਬਣਦਾ ਸੀਗਾ ਸਾਡੇ ਵਾਸਤੇ। ਅਤੇ ਜਿਵੇਂ ਕਿ ਤੁਸੀਂ ਸ਼੍ਰੀ ਗੁਲਸ਼ਨ ਕੁਮਾਰ ਜਿਹੜੇ ਮੇਰੇ ਫਾਦਰ ਸਾਹਿਬ ਨੇ, ਉਹਨਾਂ ਦੀ ਸੋਚ ਜਿਹੜੀ ਆ ਹਮੇਸ਼ਾ ਡਿਫਰੈਂਟ ਰਹੀ ਹੈ, ਭਾਵੇਂ ਤੁਸੀਂ ਉਹ ਮੇਰੇ ਬ੍ਰਦਰ ਨੂੰ ਲੈ ਕੇ ਦੇਖ ਲਓ, 2008 ਦੇ ਵਿੱਚ ਪਹਿਲੀ ਪੰਜਾਬੀ ਫੈਮਿਲੀ ਸੀਗੀ ਅਸੀਂ ਜਿਹਨੇ ਕਿ ਬਾਲੀਵੁੱਡ 'ਚ ਜਾ ਕੇ ਪੂਰਾ ਦਬਦਬਾ ਦਿਖਾਇਆ, ਪੂਰਾ ਜਾ ਕੇ ਬ੍ਰਦਰ ਦੀ ਮੂਵੀ ਰਿਲੀਜ਼ ਕੀਤੀ ਹੈ, ਐਂਡ ਫਾਦਰ ਸਾਹਿਬ ਹਮੇਸ਼ਾ ਹੀ ਡਿਫਰੈਂਟ ਸੋਚ ਦੇ ਮਾਲਕ ਰਹੇ ਨੇ। ਅਤੇ
ਜਦੋਂ ਗੱਲ ਆਪਣੇ ਕਹਿੰਦੇ ਸਿਧਾਂਤਾਂ ਦੀ ਆਈ, ਸ਼੍ਰੀ ਰਾਮ ਚੰਦਰ ਜੀ ਦੀ ਆਈ, ਤਾਂ ਸਾਡੇ ਸਾਰੇ ਪਰਿਵਾਰ ਦੇ ਵਿੱਚ ਉਤਸੁਕਤਾ ਦੇਖਣ ਨੂੰ ਮਿਲੀ ਹੈ। ਅਤੇ ਜਿੰਨਾ ਅਸੀਂ ਰਾਮ ਲਲਨ ਜੀ ਨੂੰ ਅਸੀਂ ਆਪਣੇ ਆਪ ਨੂੰ ਡੈਡੀਕੇਟ ਕਰ ਦਈਏ, ਆਪਣਾ ਪਰਿਵਾਰ, ਆਪਣਾ ਹਰ ਇੱਕ ਚੀਜ਼ ਜਿੰਨੀ ਵੀ ਅਸੀਂ ਡੈਡੀਕੇਟ ਕਰ ਦਈਏ ਉਹ ਘੱਟ ਹੈ। ਕਹਿੰਦੇ ਨੇ ਕਿ ਐਕਚੁਅਲ ਦੇ ਵਿੱਚ ਇਹ ਜੀਵਨ ਸਾਡਾ ਇਹ ਸਫਲ ਹੋ ਗਿਆ ਕਿ ਅਸੀਂ ਜਿਹੜੀ ਸ਼੍ਰੀ ਰਾਮ ਚੰਦਰ ਜੀ ਦੇ ਜਿਹੜੇ ਬਣਾਏ ਹੋਏ ਸਿਧਾਂਤਾਂ ਬਾਰੇ ਅੱਜ ਤੱਕ ਸੁਣਿਆ ਹੀ ਸੀਗਾ, ਔਰ ਅਸੀਂ ਅੱਜ ਉਹਨੂੰ ਪ੍ਰੈਕਟੀਕਲੀ ਦੇਖ ਰਹੇ ਹਾਂ ਕਿ ਕਿਵੇਂ ਉਹਨਾਂ ਦੀ ਵਾਪਸੀ ਹੋ ਰਹੀ ਹੈ। ਇੱਕ ਤਰ੍ਹਾਂ ਦਾ ਦੀਵਾਲੀ ਨਾਲੋਂ ਵੀ ਵੱਡਾ ਮਹੋਤਸਵ ਸਾਡੇ ਵਾਸਤੇ ਹੈ ਅੱਜ ਦੀ ਡੇਟ। ਅੱਜ ਮੈਨੂੰ ਲੱਗਦਾ ਸਰ ਅੱਜ ਕੋਈ ਵੀ ਤੁਹਾਨੂੰ ਹੋਰ ਕੋਈ ਚੀਜ਼ ਮਨ ਦੇ ਵਿੱਚ ਆ ਨਹੀਂ ਰਹੀ ਹੋਣੀ ਕਾਰੋਬਾਰ ਨੂੰ ਲੈ ਕੇ, ਸਿਰਫ਼ ਅਤੇ ਸਿਰਫ ਸ਼੍ਰੀ ਰਾਮ ਜੀ ਤੁਹਾਡੇ ਮਾਇੰਡ ਦੇ ਵਿੱਚ ਮਨ ਦੇ ਵਿੱਚ ਘੁੰਮ ਰਹੇ ਹੋਣੀ। ਇੱਕ ਤੁਸੀਂ ਕਹਿ ਲਓ ਕਿ ਸਾਡੀ ਜ਼ਹਿਨ, ਸਾਡੇ ਦਿਮਾਗ, ਸਾਡੇ ਸਰੀਰ, ਸਾਡੀ ਆਤਮਾ ਸਿਰਫ ਇੱਕੋ ਹੀ ਚੀਜ਼ ਬੋਲ ਰਹੀ ਹੈ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਇੱਕ ਗੱਲ ਪੁੱਛਣਾ ਚਾਹੂੰਗਾ, ਇਹ ਜਿਹੜੀ ਤੁਸੀਂ ਬੱਸ ਤਿਆਰ ਕਰਾਈ ਹੈ, ਇਹ ਸੋਚ ਕਿਹਦੀ ਸੀ ਕਿ ਇੱਦਾਂ ਦੀ ਬੱਸ ਤਿਆਰ ਕਰਾਈ ਜਾਵੇ? ਫਾਦਰ ਸਾਹਿਬ ਦੀ ਸੋਚ ਜੀ ਤੁਹਾਡੀ ਸੀ ਜਾਂ ਫੈਮਿਲੀ 'ਚੋਂ ਕਿਸੇ? ਮੈਂ ਤੁਹਾਨੂੰ ਪਹਿਲੇ ਵੀ ਵਰਣਨ ਕੀਤਾ ਇਸ ਗੱਲ ਦਾ ਕਿ ਫਾਦਰ ਸਾਹਿਬ ਜਿਹੜੇ ਕਿ ਬੜੀ ਡਿਫਰੈਂਟ ਸੋਚ ਦੇ ਮਾਲਕ ਰਹੇ ਨੇ ਹਮੇਸ਼ਾ, ਪਰਮਾਤਮਾ ਵੱਲੋਂ ਬਖਸ਼ ਹੈ ਕਿ ਉਹ ਔਡਸ ਨੂੰ ਬਿਲਕੁਲ ਡਿਫਰੈਂਟ ਤਰੀਕੇ ਨਾਲ ਦੇਖਦੇ ਨੇ। ਅਤੇ ਇਹ ਚੀਜ਼ਾਂ, ਇਹ ਫਸਟ ਆਰਵੀ ਨਹੀਂ ਹੈਗੀ ਸਾਡੀ, ਸੈਕਿੰਡ ਹੈ। 2001 ਦੇ ਵਿੱਚ ਵੀ ਅਸੀਂ ਕਿੱਦਾਂ ਦੀ ਬੱਸ ਤਿਆਰ ਕਰਾਈ ਸੀਗੀ, ਬਟ ਉਹ ਥੋੜ੍ਹੀ ਛੋਟੀ ਸੀਗੀ ਅਤੇ ਉਹ ਉਸ ਹਿਸਾਬ ਦੇ ਨਾਲ ਜਦੋਂ ਤਿਆਰ ਕਰੀ ਸੀ ਠੀਕ ਸੀਗੀ। ਬਟ ਫਿਰ ਹੁਣ ਜਿਵੇਂ ਜਿਵੇਂ ਪਰਿਵਾਰ ਵੱਡਾ ਹੋ ਰਿਹਾ, ਰਿਕੁਆਇਰਮੈਂਟਸ ਵੱਡੀਆਂ ਹੋ ਰਹੀਆਂ, ਅਤੇ ਡੈਡ ਨੇ ਫਿਰ ਆਪਣੇ ਹੱਥੀਂ ਸਕੈਚ ਕੀਤੀ ਔਰ ਆਪਣੇ ਹੱਥੀਂ ਤਿਆਰ ਕਰਾਈ ਹੈ। ਕੋਈ ਆਰਕੀਟੈਕਟ ਨਹੀਂ ਐਵੇਂ ਦਾ ਲਿੱਤਾ ਗਿਆ, ਕਿਉਂਕਿ ਆਪਣੇ ਹੀ ਹਿਸਾਬ ਦੇ ਨਾਲ ਸਕੈਚ ਕਰਕੇ, ਆਪਣੇ ਹਿਸਾਬ ਨਾਲ ਇੰਟੀਰੀਅਰਸ, ਆਪਣੇ ਹਿਸਾਬ ਨਾਲ ਹੀ ਸਾਰੀ ਚੀਜ਼ ਦਾ ਤਿਆਰੀ ਕਰਾਈ ਹੈ। ਬਿਲਕੁਲ ਜੀ, ਬਿਲਕੁਲ। ਤਸਵੀਰਾਂ ਤੁਸੀਂ ਦੇਖੀਆਂ ਬੱਸ ਦੀਆਂ, ਤੁਹਾਨੂੰ ਬਾਹਰੋਂ ਪੂਰੀ ਬੱਸ ਹੈ ਜਿਹੜੀਆਂ ਦਿਖਾਵਾਂਗੇ। ਕਹਿੰਦੇ ਕਿ ਫਾਦਰ ਸਾਹਿਬ ਦੀ ਇਹਨਾਂ ਦੀ ਸੋਚ ਹੈ, ਇੱਕ ਵੱਖਰੇ ਤਰੀਕੇ ਦੀ ਸੋਚ ਹੈ। ਆਪ ਡਿਜ਼ਾਈਨ ਕੀਤੀ ਬੱਸ ਨੂੰ ਕਿ ਐਵੇਂ ਤਿਆਰ ਕਰਨਾ, ਹੁਣ ਅਯੋਧਿਆ ਸ਼੍ਰੀ ਰਾਮ ਜੀ ਦੇ ਕੋਲ ਇਹ ਬੱਸ ਲੈ ਕੇ ਜਾਣਗੇ, ਫੈਮਿਲੀ ਜਾਊਗੀ, ਜੇ ਕਿਸੇ ਨੇ ਹੋਰ ਨੇ ਕਿਸੇ ਨੇ ਵੀ ਜਾਣਾ ਤਾਂ ਉਹ ਇਹ ਬੱਸ ਜਿਹੜਾ ਹੀ ਆ ਲੈ ਕੇ ਜਾ ਸਕਦਾ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਬਾਹਰੋਂ ਜਿਹੜੀ ਬੱਸ ਹੈ ਉਹ ਵੀ ਦਿਖਾਵਾਂਗੇ। ਪਹਿਲੇ ਤੁਸੀਂ ਅੰਦਰ ਦੀਆਂ ਤਸਵੀਰਾਂ ਦੇਖੀਆਂ, ਹੁਣ ਬਾਹਰ ਦੀਆਂ ਵੀ ਚੀਜ਼ਾਂ ਦਿਖਾਵਾਂਗੇ ਕਿ ਬਾਹਰ ਬੱਸ ਤੁਹਾਨੂੰ ਦੇਖਣ ਦੇ ਵਿੱਚ ਦਿਖਦੀ ਕਿੱਦਾਂ ਦੀ ਆ। ਬੱਸ ਦਾ ਇੰਟੀਰੀਅਰ ਤੁਸੀਂ ਅੰਦਰਲਾ ਦੇਖਿਆ, ਤੁਹਾਨੂੰ ਬਾਹਰੋਂ ਵੀ ਬੱਸ ਜਿਹੜੀ ਆ ਦਿਖਾਵਾਂਗੇ। ਅਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਬੱਸ ਹੈ ਜਿਹੜੀ ਹੈ, ਖਾਸ ਕਰਕੇ ਅੱਜ ਲੁਧਿਆਣਾ ਦੇ ਜਿਹੜਾ ਕੀ ਆ ਸਰਾਭਾ ਨਗਰ ਦੇ ਇਲਾਕੇ ਦੇ ਵਿੱਚ ਇਹ ਬੱਸ ਹੈ ਜਿਹੜੀ ਹੈ ਖੜ੍ਹੀ ਕੀਤੀ ਗਈ ਹੈ। ਲੋਕ ਇਸ ਬੱਸ ਨੂੰ ਦੇਖ ਕੇ ਬੜੇ ਖੁਸ਼ ਹੋ ਰਹੇ ਨੇ ਕਿ ਬੱਸ ਦੇ ਜਿਹੜੇ ਉੱਪਰ ਹੈ ਸਟਿੱਕਰ ਜਿਹੜੇ ਹੈ ਜੈ ਸ਼੍ਰੀ ਰਾਮ ਜੀ ਦੇ ਲੱਗੇ ਹੈ, ਜਿਹੜੀ ਹੈ ਪ੍ਰਭੂ ਸ਼੍ਰੀ ਰਾਮ ਜੀ ਦੀ ਜਿਹੜੀ ਹੈ ਤਸਵੀਰ ਹੈ ਇਸ ਜਗ੍ਹਾ 'ਤੇ ਲੱਗੀ ਹੋਈ ਹੈ। ਇਹ ਕਿੰਨਾ ਕੁ ਕਦੋਂ ਜਦੋਂ ਡੇਟ ਆਏ ਕਿ 22 ਜਨਵਰੀ ਨੂੰ ਇਹ ਇਤਿਹਾਸਿਕ ਦਿਨ ਮਨਾਇਆ ਜਾਊਗਾ, ਫਿਰ ਇਹ ਕਦੋਂ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਕਿ ਬੱਸ ਨੂੰ ਇੱਦਾਂ ਸਜਾਵਾਂਗੇ? ਇਹ ਬਿਲਕੁਲ 4-5 ਦਿਨ ਪਹਿਲੇ ਹੀ ਸਾਡੇ ਸਾਰੇ ਪਰਿਵਾਰ ਦੇ ਜ਼ਿਹਨ ਦੇ ਵਿੱਚ ਆਇਆ ਕਿ ਕਿਉਂ ਨਾ ਅਸੀਂ ਵੀ ਆਪਣੇ ਤੌਰ ਤੋਂ ਜਿੰਨਾ ਕੰਟਰੀਬਿਊਟ ਕਰ ਸਕੀਏ। ਕਿਸੇ ਦਾ ਸਾਡੇ ਭਗਵਾਨ ਜੀ ਸਾਡੇ ਵਾਪਸ ਆ ਰਹੇ ਨੇ ਅਤੇ ਉਹਨਾਂ ਦੀ ਖੁਸ਼ੀ ਮਨਾਉਣ ਵਾਸਤੇ ਜੋ ਮਿਨੀਮਮ ਟੂ ਮਿਨੀਮਮ ਅਸੀਂ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ, ਹੈ ਨਾ। ਜਿੰਨਾ ਜ਼ਿੰਦਗੀ ਦੇ ਵਿੱਚ ਅਸੀਂ ਕਰ ਸਕੀਏ, ਮਤਲਬ ਇਸ ਅੱਜ ਦੀ ਇਸ ਇਤਿਹਾਸਿਕ ਡੇਟ ਨੂੰ ਅਸੀਂ ਵਰਣਨ ਨਹੀਂ ਕਰ ਸਕਦੇ, ਨਾ ਉਸਦਾ ਕੋਈ ਕੰਪੈਰੀਜ਼ਨ ਕਰ ਸਕਦੇ ਹਾਂ। ਜਿੰਨਾ ਅਸੀਂ ਆਪਣੇ ਪਰਿਵਾਰ ਵੱਲੋਂ ਕਰ ਦਈਏ ਉਨਾ ਘੱਟ ਹੈ ਜੀ ਅੱਜ ਦੇ ਦਿਨ। ਬਿਲਕੁਲ, ਤਸਵੀਰਾਂ ਨੇ ਲੁਧਿਆਣਾ ਦੇ ਪੌਸ਼ ਇਲਾਕਾ ਸਰਾਭਾ ਨਗਰ ਦੇ ਵਿੱਚ ਜਿਹੜੀ ਹੈ ਦੇਖ ਸਕਦੇ ਹੋ, ਹਜੇ ਵੀ ਤਿਆਰੀਆਂ ਚੱਲਦੀਆਂ ਨੇ। ਪ੍ਰਭੂ ਸ਼੍ਰੀ ਰਾਮ ਜੀ ਦੀ ਤਸਵੀਰ ਹੈ ਜਿਹੜੀ ਹੈ ਉਹ ਦੇਖ ਸਕਦੇ ਹੋ ਤੁਸੀਂ, ਕਿੰਨੀ ਖੂਬਸੂਰਤ ਤਸਵੀਰ ਜਿਹੜੀ ਹੈ ਉਹ ਬਣਾਏਗੀ। ਖਾਸ ਕਰਕੇ ਬੱਸ ਜਿਹੜੀ ਹੈ ਇਹ ਤਿਆਰ ਕੀਤੀ ਗਈ ਇਸ ਚੀਜ਼ ਨੂੰ ਲੈ ਕੇ, ਪ੍ਰਭੂ ਸ਼੍ਰੀ ਰਾਮ ਜਿਹੜੇ ਆ ਅਯੋਧਿਆ ਦੇ ਵਿੱਚ 500 ਸਾਲ ਬਾਅਦ ਜਿਹੜਾ ਕੀ ਆ ਆਪਣੇ ਘਰ ਵਾਪਸ ਆ ਰਹੇ ਨੇ। ਅੱਜ ਦਾ ਦਿਨ ਇਤਿਹਾਸ ਦਾ ਦਿਨ ਆ ਜਿਹੜਾ
ਉਹ ਦੱਸਿਆ ਜਾ ਰਿਹਾ ਕਿ ਅੱਜ ਦੇ ਦਿਨ ਨੂੰ ਕੋਈ ਵੀ ਜਿਹੜਾ ਉਹ ਭੁੱਲ ਨਹੀਂ ਸਕਦਾ। ਅੱਜ ਦੇ ਦਿਨ ਲੋਕ ਜਿਹੜੀਆਂ ਦੀਵਾਲੀ ਮਨਾ ਰਹੇ ਆ, ਹਰ ਘਰ, ਹਰ ਨੁੱਕਰ ਦੇ ਵਿੱਚ, ਹਰ ਗਲੀ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਵਰਗ ਦੇ ਵਿੱਚ, ਹਰ ਘਰ ਦੇ ਵਿੱਚ ਅੱਜ ਪ੍ਰਭੂ ਸ਼੍ਰੀ ਰਾਮ ਦੇ ਜਿਹੜੇ ਆ ਜੈਕਾਰੇ ਆ, ਜਿਹੜੇ ਆ ਉਹ ਜੈ ਘੋਸ਼ ਆ ਜਿਹੜੇ ਆ ਉਹ ਲਗਾਏ ਜਾ ਰਹੇ ਨੇ।